ਪੰਜਾਬ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ, ਪਰ ਇਸ ਦੇ ਨਾਲ ਹੀ ਆੜ੍ਹਤੀ ਐਸੋਸੀਏਸ਼ਨ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਉਹ 1 ਅਕਤੂਬਰ ਤੋਂ ਸਾਰੀਆਂ ਮੰਡੀਆਂ ਬੰਦ ਕਰ ਦੇਣਗੇ ਅਤੇ ਮੰਡੀ ਦੇ ਵਿੱਚ ਕੋਈ ਵੀ ਤੁਲਾਈ ਜਾਂ ਸਫਾਈ ਦਾ ਕੰਮ ਨਹੀਂ ਹੋਵੇਗਾ। ਦੱਸ ਦਈਏ ਕਿ ਆੜ੍ਹਤੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਜਾ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਆੜ੍ਹਤ ਫੀਸ ਉਹਨਾਂ ਦੀ ਘਟਾ ਦਿੱਤੀ ਗਈ ਹੈ, 2.5% ਤੋਂ ਘਟਾ ਕੇ 46 ਰੁਪਏ ਪ੍ਰਤੀ ਕੁਇੰਟਲ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਸ਼ੈਲਰਾਂ ਵਾਲੇ ਐਗਰੀਮੈਂਟ ਨਹੀਂ ਕਰ ਰਹੇ ਤੇ ਇਸ ਤੋਂ ਬਿਨਾਂ ਉਹਨਾਂ ਨੇ ਮਜ਼ਦੂਰਾਂ ਦੀ ਲੇਬਰ ਵਧਾਉਣ ਦੀ ਵੀ ਮੰਗ ਕੀਤੀ ਹੈ। ਕਪੂਰਥਲਾ ਦੇ ਵਿੱਚ ਆੜ੍ਹਤੀ ਐਸੋਸੀਏਸ਼ਨ ਦੀ ਇਹ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਸਰਬਸੰਮਤੀ ਦੇ ਨਾਲ ਇਹ ਫੈਸਲਾ ਲਿਆ ਗਿਆ ਕਿ 1 ਅਕਤੂਬਰ ਨੂੰ ਪੰਜਾਬ ਦੀਆਂ ਸਾਰੀਆਂ ਮੰਡੀਆਂ ਬੰਦ ਕੀਤੀਆਂ ਜਾਣਗੀਆਂ ਅਤੇ ਆੜ੍ਹਤੀਆਂ ਦਾ ਕਹਿਣਾ ਹੈ ਕਿ 2019 ਦੇ ਵਿੱਚ ਉਹਨਾਂ ਦੀ ਆੜ੍ਹਤ ਘਟਾ ਕੇ 46 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ ਅਤੇ ਇਸ ਨੂੰ 2.5% ਪ੍ਰਤੀ ਕੁਇੰਟਲ ਕੀਤਾ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਚੌਲਾਂ ਦਾ ਵੱਡੇ ਪੱਧਰ ਤੇ ਸਟਾਕ ਪਿਆ ਏ ਅਤੇ ਇਸ ਲਈ ਝੋਨਾ ਰੱਖਣ ਨੂੰ ਜਗ੍ਹਾ ਨਹੀਂ ਮਿਲੇਗੀ ਅਤੇ ਇਸ ਕਰਕੇ ਜੇਕਰ ਅਗਾਊਂ ਪ੍ਰਬੰਧ ਨਾ ਕੀਤੇ ਗਏ ਤਾਂ ਉਹਨਾਂ ਨੂੰ ਮੁੜ ਤੋਂ ਸ਼ਾਰਟੇਜ ਪਵੇਗੀ। ਆੜ੍ਹਤੀਆਂ ਨੇ ਇੱਕ ਆਵਾਜ਼ ਦੇ ਵਿੱਚ ਫੈਸਲਾ ਕੀਤਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਹ ਮੰਡੀਆਂ ਦੇ ਵਿੱਚ ਕੰਮ ਸ਼ੁਰੂ ਨਹੀਂ ਕਰਨਗੇ। 1 ਅਕਤੂਬਰ ਨੂੰ ਹੁਣ ਸਰਕਾਰੀ ਖਰੀਦ ਹੈ ਤੇ 1 ਅਕਤੂਬਰ ਤੋਂ ਹੀ ਆੜ੍ਹਤੀਆਂ ਦੇ ਵੱਲੋਂ ਮੰਡੀਆਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਕਿ ਮੰਡੀਆਂ ਦੇ ਵਿੱਚ ਨਾ ਤੁਲਾਈ ਹੋਏਗੀ ਨਾ ਸਫਾਈ ਹੋਏਗੀ। 2.5% ਸਾਡੀ ਜਿਹੜਾ ਐਜ ਪਰ ਮੰਡੀ ਲਾਅ ਜੋ ਪੰਜਾਬ ਮੰਡੀਕਰਨ ਦਾ ਲਾਅ ਆ ਉਹ 'ਚ 2.5% ਸਾਡੀ ਆੜ੍ਹਤ ਜਿਹੜੀ ਫਿਕਸ ਹੈ ਮੰਡੀਕਰਨ ਬੋਰਡ ਨੂੰ, ਉਹ ਪਿਛਲੇ 4 ਸਾਲ ਤੋਂ ਤਕਰੀਬਨ 4-5 ਸਾਲ ਤੋਂ ਜਿਹੜੀ ਸੈਂਟਰ ਗੌਰਮੈਂਟ ਨੇ ਫਰੀਜ ਕਰਕੇ 46 ਰੁਪਏ ਕਰਤੀ ਵੀ 46 ਰੁਪਏ ਪਰ ਕੁਇੰਟਲ ਆੜ੍ਹਤ ਦੇਣੀ ਆ, ਜਦਕਿ ਆੜ੍ਹਤੀ ਦੇ ਨਾਲ ਉਹ ਮੈਂ ਸਮਝਦਾ ਬਹੁਤ ਕੋਝਾ ਮਜ਼ਾਕ ਆ ਕਿਉਂਕਿ ਹਰ ਸਾਲ MSP ਫਸਲਾਂ ਦੇ ਰੇਟ ਵੱਧਦੇ ਆ, ਹਰ ਸਾਲ ਲੇਬਰ ਦੇ ਰੇਟ ਵੱਧਦੇ ਆ ਜੋ ਕਿ ਬਹੁਤ ਘੱਟ ਆ। ਸਾਡੀ ਇਹ 'ਚ ਬਹੁਤ ਵੱਡੀ ਮੰਗ ਹੈ ਕਿ ਉਹ ਰੇਟ ਐਟ ਲੀਸਟ 25% ਵਧਣੇ ਚਾਹੀਦੇ ਆ। ਇਸੇ ਤਰ੍ਹਾਂ ਜਿੰਨੇ ਨੌਕਰੀ ਪੇਸ਼ੇ ਵਾਲੇ ਮੇਰੇ ਵੀਰ ਆ ਉਹਨਾਂ ਦੀ ਤਨਖਾਹ ਹਰ ਸਾਲ ਵੱਧਦੀ ਆ, ਚਾਹੇ ਉਹ ਪ੍ਰਾਈਵੇਟ ਨੌਕਰੀ ਕਰਦਾ ਚਾਹੇ ਉਹ ਜਿਸ ਤਰ੍ਹਾਂ ਵੀ ਆ, ਪਰ ਸਾਡੇ ਜਿਹੜੀ ਆੜ੍ਹਤ ਵਧਾਉਣ ਦੀ ਬਜਾਏ ਸਰਕਾਰ ਨੇ ਉਲਟੀ ਫਰੀਦ ਕਰਤੀ ਘਟਾ ਦਿੱਤੀ, ਜਿਹੜੀ ਅੱਜ 2.5% ਦੀ ਬਜਾਏ ਸਾਨੂੰ ਮੇਰੇ 2% ਕਹਿੰਦੇ ਆ ਪਰ 2% ਵੀ ਨਹੀਂ, 1.90 ਰੁਪਏ ਦੇ ਕਰੀਬ ਮਸੀ ਮਿਲਦੀ ਆ, ਜਦਕਿ ਸਾਡੇ ਬੱਚਿਆਂ ਦੇ ਪੜ੍ਹਾਈ ਦੇ ਖਰਚੇ, ਸਾਡੇ ਪਰਿਵਾਰਾਂ ਦੇ ਖਰਚੇ ਜਾਂ ਹੋਰ ਜਿੰਨੀ ਮਹਿੰਗਾਈ ਦੀ ਮਾਰ ਆ ਉਹ ਜਿਸ ਤਰ੍ਹਾਂ ਕਿ ਆਮ ਦੁਨੀਆਂ 'ਤੇ ਪੈਂਦੀ ਆ ਉੱਦਾਂ ਹੀ ਆੜ੍ਹਤੀਆਂ 'ਤੇ ਪੈਂਦੀ ਆ, ਜਦਕਿ ਇੱਕ ਆੜ੍ਹਤੀ ਆ ਜਿਹੜਾ ਹੈ ਘੱਟ ਤੋਂ 3 ਤੋਂ 4 ਪਰਿਵਾਰਾਂ ਨੂੰ ਰੋਜ਼ੀ ਰੋਟੀ ਦੇਣ ਦੇ ਵਿੱਚ ਇੱਕ ਸਮਰੱਥਾ ਰੱਖਦਾ ਆ ਔਰ ਦਿੰਦਾ ਆ, ਉਹ ਸਾਡੇ ਮਨੀਮ ਭਾਈਚਾਰਾ ਆ ਜਾਂਦਾ, ਸਾਡੀ ਲੇਬਰ ਆ ਜਾਂਦੀ ਆ, ਸਾਡੇ ਹੋਰ ਅਕਾਊਂਟੈਂਟ ਸਾਹਿਬਾਨ ਆ ਜਾਂਦੇ ਆ। ਸੋ ਇੱਕ ਬਹੁਤ ਵੱਡੀ ਜਿਹੜੀ ਆ ਸੈਂਟਰ ਸਰਕਾਰ ਨੇ ਸਾਡੇ ਆੜ੍ਹਤੀਆਂ ਦੇ ਨਾਲ ਧੱਕਾ ਕੀਤਾ ਆ, ਔਰ ਇਸ ਵੇਲੇ ਜਿਹੜੇ ਇਸ ਸੀਜ਼ਨ ਦੀ ਮੇਨ ਮੰਗ ਹੈਗੀ ਆ ਉਹ ਇਸ ਮੇਨ ਮੰਗ ਦੇ ਨਾਲ ਨਾਲ ਜਿਹੜਾ ਸੈਂਟਰ ਸਰਕਾਰ ਨੇ ਰਾਈਸ ਦੀ ਮੂਵਿੰਗ ਨਹੀਂ ਕੀਤੀ, ਸ਼ਹਿਰਾਂ ਵਾਲੇ ਅੱਜ ਇਸ ਗੱਲ 'ਤੇ ਮਜਬੂਰ ਹੋ ਗਏ ਆ ਕਿ ਅੱਜ 25 ਤਰੀਕ ਹੋ ਗਈ ਆ, 1 ਤਰੀਕ ਤੋਂ ਗੌਰਮੈਂਟ ਦੀ ਪਰਚੇਜ਼ ਸ਼ੁਰੂ ਹੋ ਜਾਂਦੀ ਓਫੀਸ਼ਲੀ, ਅਤੇ ਚੌਲ ਲਾਉਣ ਨੂੰ ਪੰਜਾਬ ਦੇ ਵਿੱਚ ਸੈਲਰਾਂ ਨੇ ਜਿਹੜਾ ਚੌਲ ਮਿਲੇ ਕਰਕੇ ਲਾਉਣਾ ਆ, ਉਹ ਮਿਲਿੰਗ ਦੇ ਲਈ ਚੌਲ ਲਾਉਣ ਲਈ ਪੰਜਾਬ ਸਪੇਸੇ ਕਿਤੇ ਆ ਨਹੀਂ, ਜਿੰਨੀ ਸਪੇਸ FCI ਨੇ ਕਹੀ ਆ ਜਿੰਨਾ ਚੌਲ ਆਲਰੇਡੀ ਪੰਜਾਬ 'ਚ ਪਿਆ ਆ, ਜੇ ਕਿਤੇ ਉਹਨੂੰ ਉਸ ਸਪੀਡ ਦੇ ਨਾਲ ਚੱਕਣ ਲੱਗਣ ਤਾਂ ਵੀ ਐਟ ਲੀਸਟ 5 ਸਾਲ ਲੱਗ ਜਾਣੇ ਆ, ਜਿਹੜੇ ਕਿ ਅੱਜ ਹੀ ਚੱਕੇ ਜਾਣੇ ਚਾਹੀਦੇ ਆ। ਜਿਸ ਰੇਸ਼ੋ ਨਾਲ ਉਹ ਕਹਿੰਦੇ ਆ ਉਸ ਰੇਸ਼ੋ ਦੇ ਹਿਸਾਬ ਨਾਲ 5 ਸਾਲ ਉਹਨੂੰ ਲੱਗਣੇ ਆ, ਅਤੇ ਪ੍ਰਕੋਰਮੈਂਟ ਸਿਰ 'ਤੇ ਆਈ ਪਈ ਆ, ਮੰਡੀਆਂ ਦੇ ਵਿੱਚ ਝੋਨਾ ਆਉਣਾ ਸ਼ੁਰੂ ਹੋ ਗਿਆ,
ਜੇ ਸ਼ੈਰਾਂ ਵਾਲੇ ਐਗਰੀਮੈਂਟ ਨਹੀਂ ਕਰਨਗੇ, ਸ਼ੈਰਾਂ ਵਾਲੇ ਝੋਨਾ ਮੰਡੀ ਤੋਂ ਚੱਕਣਗੇ ਨਹੀਂ, ਤੇ ਆੜ੍ਹਤੀਏ ਮਜਬੂਰ ਹੋ ਜਾਣਗੇ ਵੀ ਕਿਸਾਨ ਦਾ ਝੋਨਾ ਨਾ ਸਟਾਈਏ, ਕਿਸਾਨ ਦਾ ਝੋਨਾ ਨਾ ਭਰੀਏ। ਕਿਉਂਕਿ ਜੇ ਝੋਨਾ ਭਰ ਹੋ ਗਿਆ, ਸਰਕਾਰਾਂ ਦੀ ਇਹ ਪੋਲਸੀ ਹੁੰਦੀ ਆ, ਕੋਈ ਵੀ ਸਰਕਾਰ ਹੋਵੇ ਮੌਕੇ ਦੀ, ਜੋ ਉਹਦੀ ਪੋਲਸੀ ਦੀ ਵੀ ਜ਼ਿਮੀਦਾਰ ਦਾ ਮਾਲ ਭਰ ਜਾਵੇ ਤੇ ਬਾਅਦ 'ਚ ਹੌਲੀ ਹੌਲੀ ਚੱਕ ਹੋ ਜੂਗਾ। ਉਹਦੇ ਨਾਲ ਪਿਛਲੇ ਵਾਰ ਕਣਕ ਦੇ ਆੜ੍ਹਤੀਆਂ ਨੂੰ ਕਿੰਨੀ ਛੋਟੇ ਦੇਣੀ ਪਈ ਨਜਾਇਜ਼, ਕਿਉਂਕਿ ਮੰਡੀਆਂ ਦੇ ਵਿੱਚ ਮਹੀਨਾ ਮਹੀਨਾ ਦੋ ਦੋ ਮਹੀਨੇ ਕਣਕ ਚੱਕੀ ਨਹੀਂ ਗਈ ਤੇ ਉਹ ਕਣਕ ਦੀ ਛੋਟੇ ਦੇਣੀ ਪੈ ਗਈ। ਝੋਨਾ ਤਾਂ ਇੱਕ ਇਹੋ ਜਿਹੇ ਫਸਲ ਆ ਫਿਰ ਤੁਸੀਂ 12% ਵਾਲਾ ਵੀ ਭਰ ਕੇ ਰੱਖ ਲਓਗੇ, ਇਹ ਵੀ ਘੱਟ ਜਾਣਾ। ਸੋ ਲੋਕ ਮਤਲਬ ਕਿ ਸਰਕਾਰ ਦੇ ਕੋਲ ਚੌਲ ਲਵਾਉਣ ਲਈ ਜਗ੍ਹਾ ਨਹੀਂ, ਸ਼ੈਲਰਾਂ ਵਾਲੇ ਐਗਰੀਮੈਂਟ ਨਹੀਂ ਕਰ ਰਹੇ, ਸੈਂਟਰ ਸਰਕਾਰ ਨੇ ਸਾਡਾ ਨਜਾਇਜ਼ ਧੱਕਾ ਕੀਤਾ ਆ, 2.5% ਸਾਡੀ ਆੜ੍ਹਤ ਜਿਹੜੀ ਆ ਉਹਨੂੰ ਖਰੀਦ ਕਰਕੇ 46 ਰੁਪਏ ਘੱਟਤਾ, ਲੇਬਰ ਦੀ ਜਿਹੜੀ ਸਾਡੀ ਜਿਸ ਤੋਂ ਬਿਨਾਂ ਸਾਡਾ ਕੰਮੇ ਨਹੀਂ ਚੱਲਦਾ ਸਮਝਦਾ, ਸਾਡੇ ਆੜ੍ਹ ਦੀ ਰੀੜ੍ਹ ਦੀ ਹੱਡੀ ਆ, ਉਹਨਾਂ ਦੀ ਜਿਹੜੀ ਹੈਗੀ ਆ ਲੇਬਰ ਹਰ ਸਾਲ ਕਦੀ 5 ਪੈਸੇ, ਕਦੀ 10 ਪੈਸੇ, ਕਦੀ 2 ਪੈਸੇ ਵਧਾ ਦਿੰਦੇ ਆ, ਬੜਾ ਕੋਝਾ ਵੀ ਆ ਗਿਆ। ਅਸੀਂ ਚਾਹੁੰਦੇ ਹਾਂ ਵੀ ਐਡੀਸ਼ਨਲ ਦੀ 25% ਜਿਹੜੀ ਲੇਬਰ ਵਧੇ, ਤਾਂ ਕਿ ਉਹ ਵਿਚਾਰੇ ਇਹੋ ਜਿਹੀ ਮਹਿੰਗਾਈ ਦੇ ਵਿੱਚ ਆਪਣੀ ਰੋਜ਼ੀ ਰੋਟੀ ਅੱਛੇ ਤਰੀਕੇ ਨਾਲ ਕਮਾ ਸਕਣ, ਕਿਉਂਕਿ ਇੱਕ ਲੇਬਰ ਵਾਲਾ 24 ਘੰਟਿਆਂ ਦੇ ਵਿੱਚ 17-18 ਘੰਟੇ ਕੰਮ ਕਰਦਾ ਹੈ, 17-18 ਘੰਟੇ ਕਰਕੇ ਵੀ ਉਹ ਆਪਣਾ ਪੇਟ ਨਹੀਂ ਪਾਲ ਸਕਦਾ ਤਾਂ ਬਹੁਤ ਮਾੜੀ ਗੱਲ ਹੈ ਮੈਂ ਕਹਾਂ ਸਰਕਾਰ ਦੀ। ਅਤੇ ਤੁਸੀਂ ਦੱਸ ਰਹੇ ਹੋ ਕਿ ਟੋਟਲੀ ਪਾਈਪਲਾਈਨ ਜਿਹੜੀ ਇਸ ਵਾਰ ਗੌਰਮੈਂਟ ਦੀ ਹੈ ਉਹ ਚੋਕ ਹੈ, ਤੁਸੀਂ ਮੰਡੀਆਂ 'ਚ ਹੁਣ ਕੀ ਆਦੇਸ਼ ਦਿੱਤੇ ਨੇ, ਕਿਸ ਤਰ੍ਹਾਂ ਉਹਨਾਂ ਨੂੰ ਲਾਗੂ ਕਰੋਗੇ, ਕੀ ਉਹਦਾ ਤੁਸੀਂ ਰਣਨੀਤੀ ਬਣਾਈ ਹੈ, ਕਿਸ ਤਰ੍ਹਾਂ ਸਟੈਪ ਬਾਏ ਸਟੈਪ? ਦੇਖੋ, ਐਜ਼ ਏ ਡਿਸਟ੍ਰਿਕਟ ਪ੍ਰੈਜ਼ੀਡੈਂਟ ਕਪੂਰਥਲਾ ਸਾਡਾ ਕੋਈ ਆਦੇਸ਼ ਨਹੀਂ ਹੈ, ਸਾਡੀ ਇੱਕ ਸੰਗਠਨ ਆ, ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਵਿਜੇ ਕਾਲੜਾ ਜੀ ਆ, ਜੋ ਕਿ ਪਿਛਲੇ ਕਾਫੀ ਸਮੇਂ ਤੋਂ ਸਾਡੇ ਆੜ੍ਹ ਦੇ ਸਟੇਟ ਦੇ ਵਿੱਚ ਸੇਵਾ ਕਰ ਰਹੇ ਆ। ਉਹਨਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਪਿਛਲੇ ਦਿਨੀ ਭਾਈ ਤਲਵੰਡੀ ਵਿਖੇ ਇੱਕ ਬਹੁਤ ਵੱਡਾ ਆਮ ਇਜਲਾਸ ਹੋਇਆ ਸੀ, ਉਹਦੇ ਵਿੱਚ ਵੀ ਇਹ ਸਾਰੀਆਂ ਪ੍ਰੋਬਲਮਸ ਰੱਖੀਆਂ ਸੀ। ਇਹਦੇ ਵਿੱਚ EPF ਦਾ ਇੱਕ ਬਹੁਤ ਵੱਡਾ ਮਸਲਾ ਆ, ਜਿਨ੍ਹਾਂ ਮੰਡੀਆਂ ਦੇ ਵਿੱਚ FCI ਦੀ ਪਰਚੇਜ ਆ, ਉੱਥੇ ਉਹਨਾਂ ਨੇ EPF ਦੇ ਨਾਂ ਦੇ ਉੱਪਰ ਸਾਡੇ ਲੇਬਰ ਦੇ ਵਿੱਚੋਂ 30% ਕੱਟ ਲਿਆ, ਤਕਰੀਬਨ ਜਿਹੜਾ ਕਿ ਉਹ 50 ਕਰੋੜ ਦੇ ਕਰੀਬ ਹੈ ਪੰਜਾਬ ਦਾ, ਨਜਾਇਜ਼ ਕੱਟ ਹੋਇਆ। ਜਦਕਿ ਉਹਦੇ ਪੈਰਲ ਪੰਜਾਬ ਸਟੇਟ ਦੀਆਂ ਜਿੰਨੀਆਂ ਏਜੰਸੀਆਂ ਆ 4-5 ਉਹ ਮਾਲ ਪਰਚੇਜ ਕਰਦੀਆਂ, ਉਹ ਲੇਬਰ ਦੇ ਉੱਪਰ ਕੋਈ EPF ਨਹੀਂ ਕੱਟ ਰਹੀਆਂ। ਜਿੱਥੇ ਜਿੱਥੇ FCI ਦੀ ਪਰਚੇਜ ਆ ਸੇਮ ਲੇਬਰ ਰੇਟ ਆ, ਮੰਡੀਕਰਨ ਬੋਰਡ ਜੋ ਉਹਨਾਂ 'ਤੇ ਲੱਗਦਾ ਉਹੀ ਸਟੇਟ ਏਜੰਸੀਆਂ 'ਤੇ ਲੱਗਦਾ, ਲੇਕਿਨ FCI ਨੇ EPF ਦੇ ਨਾਂ 'ਤੇ 50 ਕਰੋੜ ਰੁਪਇਆ ਕੱਟ ਲਿਆ। ਸਾਡੀ ਉਹ ਵੀ ਇੱਕ ਬਹੁਤ ਵੱਡੀ ਮੰਗ ਹੈ ਵੀ ਸਾਡਾ ਉਹ ਜਿਹੜਾ ਪੈਸਾ ਵਾਪਸ ਕੀਤਾ ਜਾਵੇ, ਨਜਾਇਜ਼ ਕੱਟ ਹੋਇਆ ਆ। ਇਸ ਕਰਕੇ ਵੀ ਇਹ ਹੜਤਾਲ ਜਿਹੜੀ ਅਸੀਂ 1 ਤਰੀਕ ਤੋਂ ਕਰਨ ਜਾ ਰਹੇ ਹਾਂ।